ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 24/7 ਤੇ ਮੇਰਾ ਨਾਮ ਹੈ ਗਗਨਦੀਪ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਵੱਡਾ 24/7 ਤਾਂ ਜੀ ਬਹੁਤ ਬਾਰ ਰਿਕੁਐਸਟ ਆਈ ਮੇਰੇ ਕੋਲ ਇੱਕ ਬਾਈ ਦੀ ਕਹਿੰਦਾ ਸਰ ਪੀਐਸਟੀਸੀਐਲ ਦਾ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟ ਦਾ ਲਿਮਿਟਿਡ ਦੇਸਾ ਡਾਕੂਮੈਂਟ ਵੈਰੀਫਿਕੇਸ਼ਨ ਆ ਗਿਆ ਪਲੀਜ਼ ਦੱਸ ਦੋ ਕੀ ਕਰਨਾ ਕਨਫਿਊਜ਼ਨ ਜੀ ਹੋ ਰਹੀ ਸੀ ਬਾਈ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਰਹੀ ਸੀ ਮੈਂ ਖਾ ਇੱਕ ਬੱਚਾ ਹੋਵੇ ਭਾਵੇਂ ਚਾਰ ਬੱਚੇ ਹੁਣ ਸਾਡੇ ਲਈ ਤਾਂ ਬੱਚਾ ਬੱਚਾ ਸਾਡੇ ਲਈ ਤਾਂ ਸਟੂਡੈਂਟ ਸਟੂਡੈਂਟ ਤਾ ਜੀ ਇਹ ਤੁਹਾਡੇ ਲਈ ਲੈ ਕੇ ਆਇਆ ਤੁਹਾਡੇ ਸਮਖਿ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਜ਼ਰੂਰੀ ਜਿਨ੍ਹਾਂ ਦਾ ਪੀਐਸਟੀਸੀਐਲ ਦਾ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਜਿਹਦਾ ਕੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੈ ਤਾਂ ਜੀ ਇਹ ਦੇ ਅੰਦਰ ਸਾਦਾ ਸੋਚਣ ਵਾਲੀ ਗੱਲ ਨਹੀਂ ਹੈ ਇਹਨਾਂ ਕੁਝ ਹੈ ਨਹੀਂ ਇਹ ਦੇ ਅੰਦਰ ਕੁਝ ਆਪਾਂ ਗੱਲਾਂ ਕਰਾਂਗੇ ਇਹਨਾਂ ਦਾ ਪ੍ਰੋਪਰ ਇਹ ਹੈ ਜਿਹੜਾ ਦਿੱਤਾ ਹੈ ਇਹਨਾਂ ਨੇ ਵੀ ਇਹ ਸਾਨੂੰ ਡਾਕੂਮੈਂਟਸ ਚਾਹੀਦੇ ਨੇ ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਸਿੱਧਾ ਸਿੱਧਾ ਚੱਲਦੇ ਆ ਮੰਗਦੇ ਕੀ ਆ ਕੰਪਿਊਟਰ ਟੈਸਟ ਤੁਸੀਂ ਪਾਸ ਕੀਤਾ ਹੋਇਆ ਕੰਪਿਊਟਰ ਟੈਸਟ ਪਾਸ ਕਰਨ ਤੋਂ ਬਾਅਦ ਤੁਹਾਡੀ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਆ ਇਹ ਡਾਕੂਮੈਂਟ ਵੈਰੀਫਿਕੇਸ਼ਨ ਤੇ ਹੈ ਕਿ ਇੱਕ ਵੀ ਡਾਕੂਮੈਂਟ ਜੇ ਗਲਤ ਹੋ ਗਿਆ ਹਾਂਜੀ ਫੈਨੋਮੈਨਲ ਹਨਾ ਜੀ ਕਿਹਾ ਜੀ ਤੈਨੂੰ ਬਰੋ ਤਾਂ ਜੀ ਇੱਕ ਵੀ ਜੇ ਡਾਕੂਮੈਂਟ ਗਲਤ ਹੋ ਗਿਆ ਤੁਹਾਨੂੰ ਉਦੋਂ ਘਮਾਵਾਂਗੇ ਕਿ ਉਧਰ ਜਾਓ ਇਧਰ ਜਾਓ ਅਸੀਂ ਉਹ ਨਹੀਂ ਚਾਹੁੰਦੇ ਤਾਂ ਦੇਖੋ ਹੁਣ ਕੀ ਹੈ ਪਹਿਲੀ ਜ਼ਰੂਰੀ ਗੱਲ ਇਹ ਜ਼ੂਮ ਨਹੀਂ ਹੋ ਰਿਹਾ ਹੁਣ ਮੇਥੋਂ ਹੋ ਗਿਆ ਹੋ ਗਿਆ ਬਹੁਤ ਵਧੀਆ ਗੱਲ ਹੋ ਗਈ ਇਹ ਤਾਂ ਹਾਂ ਹੁਣ ਦੇਖੋ ਹੁਣ ਦੇਖੀ ਪਈਂਦੇ ਖਲਿਆਰੇ ਕਹਿੰਦੇ ਕਹਿੰਦੇ ਪਹਿਲਾਂ ਜਨਮ ਮਿਤੀ ਦਰਸਾਉਣ ਮੈਟ੍ਰਿਕ 10ਵੀਂ ਦਾ ਸਰਟੀਫਿਕੇਟ ਜਿਸ ਜਿਹੜਾ ਤੁਹਾਡੇ ਕੋਲ 10ਥ ਦਾ ਸਰਟੀਫਿਕੇਟ ਹੋਊਗਾ ਮਾਰਕਸ਼ੀਟ ਹੋਗੀ ਉਹ ਮੈਂ ਕਹਿੰਦਾ ਦੋਵੇਂ ਲੈ ਕੇ ਜਾਈਓ ਦੇਖੋ ਪਹਿਲੀ ਗੱਲ ਤਾਂ ਇਹ ਐ ਜਿੰਨੇ ਤੁਹਾਡੇ ਕੋਲ ਡਾਕੂਮੈਂਟ ਹੈ ਨਾ 5ਵੀਂ ਦਾ 8ਵੀਂ ਦਾ 10ਵੀਂ ਦਾ 12ਵੀਂ ਦਾ ਗ੍ਰੈਜੂਏਸ਼ਨ ਦਾ ਕਾਸਟ ਦਾ ਸਰਟੀਫਿਕੇਟ ਡੋਮਿਸਾਈਲ ਦਾ ਸਰਟੀਫਿਕੇਟ ਹੋਰ ਕਿਹੜੇ ਸਰਟੀਫਿਕੇਟ ਹੁੰਦੇ ਜਿੰਨੇ ਵੀ ਤੁਹਾਡੇ ਕੋਲ ਸਰਟੀਫਿਕੇਟ ਆ ਮੇਰੀ ਗੱਲ ਮੰਨ ਲਓ Ориジナル ਲੈ ਜਾਓ ਤੇ ਨਾਲ ਉਹਦੇ ਤਿੰਨ ਫੋਟੋਸਟੇਟ ਕਰਾ ਲਓ ਜਿੰਨੇ ਵੀ ਡਾਕੂਮੈਂਟ ਹੈ ਭਾਵੇਂ ਮੰਗੇ ਨਹੀਂ ਹੈ ਲੈ ਜਾਓ ਉੱਥੇ ਕੁਝ ਵੀ ਲੋਡ ਪੈ ਸਕਦੀ ਹੈ ਠੀਕ ਹੈ ਪ੍ਰਗਟ ਸਿੰਘ ਵੀਰੇ ਤੁਸੀਂ ਰਿਕਾਰਡਡ ਦੇਖ ਲਓ ਟੈਨਸ਼ਨ ਨਾ ਲਓ ਰਿਕਾਰਡਡ ਦੇਖੋ ਤੇ ਪਈ ਹੈ ਉਹ ਹੁਣ ਵੀ ਪਈ ਹੈ ਹੋਮ ਪੇਜ ਤੇ ਜਾਓ ਥੱਲੇ ਸਕਰੋਲ ਕਰੋਗੇ ਉੱਥੇ ਪਾਸਟ ਲਾਈਵ ਸਟ੍ਰੀਮ ਤੇ ਪਈ ਹੈ ਇੱਥੇ ਧਿਆਨ ਦੇਣੇ ਹੁਣ ਆਪਾਂ ਜਿਹਦੇ ਲਈ ਆਏ ਆ ਤਾਂ ਜੀ ਕਿਹਾ ਕੀ ਹੈ ਕਹਿੰਦੇ ਜੀ ਇੱਕ ਤਾਂ 10th ਦਾ ਸਰਟੀਫਿਕੇਟ ਆ ਜ਼ਰੂਰੀ ਹੈ 10th ਦਾ ਸਰਟੀਫਿਕੇਟ ਲਿਖ ਲੋ 10th ਦੀ ਮਾਰਕਸ਼ੀਟ ਇੱਥੇ ਸਰਟੀਫਿਕੇਟ ਕਹਾਂ ਮੈਂ ਕਹਿੰਨਾ ਮਾਰਕਸ਼ੀਟ ਤੇ ਸਰਟੀਫਿਕੇਟ ਦੋਵੇਂ ਲੈ ਕੇ ਜਾ ਦੂਜਾ ਕਹਿੰਦੇ میٹرਿਕ ਦਾ 10ਵੀਂ ਦੇ ਪੱਦਰ ਦੀ ਘਟੋ ਘਟ ਪੰਜਾਬੀ ਪਾਸ ਕਰਨ ਦੇ ਸਬੂਤ ਜੇ ਤਾਂ ਤੁਹਾਡੀ ਸਕੂਲਿੰਗ ਪੰਜਾਬ ਦੀ ਹੈ ਪੰਜਾਬ ਸਿੱਖਿਆ ਬੋਰਡ ਦੀ ਤੁਹਾਡੇ ਕੋਲ ਹੋਊਗਾ ਜੇ ਤੁਸੀਂ ਬਾਹਰੋਂ ਦਿੱਤਾ ਜਿਵੇਂ ਕਿ ਮੈਂ ਦਿੱਤਾ ਦੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਤੁਹਾਡੇ ਗਗਨ ਸਰ ਨਾਲ ਮਿਲ ਕੇ ਆਪਾਂ ਪੇਪਰ ਦਿੱਤਾ ਤੇ ਪੰਜਾਬੀ ਦਾ 5000 ਰੁਪਏ ਲਾ ਕੇ ਉਹਨਾਂ ਨੇ ਪੇਪਰ ਲਿਆ ਤੇ ਜੇ ਉਹ ਹੈ ਤਾਂ ਉਹ ਵੀ ਰੱਖੋ ਹਾਂ ਹਾਂ ਦੋ ਫੋਟੋ ਕਾਪੀ ਹੈ ਨਾ ਮੈਨ ਨਾਲ ਹਨੀ ਵੀਰੇ ਫੈਨੋਮੈਨਲ ਹਨੀ ਵੀਰੇ ਬਹੁਤ ਹੈ ਉਹ ਉਹ ਵਾਲੀ ਜਿਹੜੀ ਆ ਉਹਦੀ ਫੋਟੋ ਕਾਪੀ ਰੱਖੋ ਇਹ ਹੋ ਗਈ ਇੱਕ ਇਹ ਹੋ ਗਿਆ ਦੋ ਤੀਜਾ ਕਹਿੰਦੇ ਜੀ ਜੇ 12ਵੀਂ ਜਾਂ ਡਿਪਲੋਮਾ ਦੇ ਤੁਸੀਂ ਡਿਪਲੋਮਾ ਕਿ 10ਵੀਂ ਤੋਂ ਬਾਅਦ ਡਿਪਲੋਮੇ ਦਾ ਜਾਂ ਫਿਰ 12ਵੀਂ ਦਾ ਡੀ ਐਮ ਸੀ ਮਾਰਕ ਸ਼ੀਟ ਤੇ ਡਿਗਰੀ ਪਾਸ ਸਰਟੀਫਿਕੇਟ ਜਿੰਨੇ ਵੀ ਤੁਹਾਡੇ ਕੋਲ ਮੈਂ ਬਾਰ ਬਾਰ ਕਹਿ ਰਿਹਾ 10ਵੀਂ ਦੇ ਤੁਹਾਡੇ ਕੋਲ ਮਾਰਕਸ਼ੀਟ ਹੈ ਟ੍ਰਾਂਸਫਰ ਸਰਟੀਫਿਕੇਟ ਤਾਂ ਲੋੜ ਨਹੀਂ ਚਲੋ ਮਾਰਕਸ਼ੀਟ ਤੇ ਸਰਟੀਫਿਕੇਟ ਲੈ ਕੇ ਜਾਓ 12th ਦਾ ਮਾਰਕਸ਼ੀਟ ਤੇ ਸਰਟੀਫਿਕੇਟ ਲੈ ਕੇ ਜਾਓ ਜੇ ਡਿਪਲੋਮਾ ਕੀਤਾ ਤਾਂ ਉਹਦੀ ਵੀ ਮਾਰਕਸ਼ੀਟ ਤੇ ਸਰਟੀਫਿਕੇਟ ਲੈ ਕੇ ਜਾਓ ਇਹ ਤੀਜੀ ਗੱਲ ਚੌਥੀ ਕੇਨ ਨੇ ਇਸ਼ਤਿਹਾਰ ਵਿੱਚ ਨਿਰਧਾਰਕ ਵਿਦਿਅਕ ਯੋਗਤਾ ਅਨੁਸਾਰ ਡੀਐਮਸੀ ਤੇ ਡਿਗਰੀ ਪਾਸ ਸਰਟੀਫਿਕੇਟ ਜਿਹੜਾ ਪੀਸੀਆਰਟੀ ਪੀਐਸਟੀਸੀਐਲ ਦੀ ਯੋਗਤਾ ਲਿਖੀ ਸੀ ਉਹਦੇ ਅੰਦਰ ਜਿਵੇਂ ਅੱਜਕੱਲ ਪੀ ਟ੍ਰਿਪਲ ਐਸਬੀ ਕਲਰਕ ਦੀ ਆਈਏ ਉੱਥੇ ਪੀ ਟ੍ਰਿਪਲ ਐਸਬੀ ਕਲਰਕ ਦੀ ਆਈਟੀ ਦੀ ਜਿਹੜੀ ਪੋਸਟ ਆਈਆਂ ਨੇ ਉਹਦੇ ਅੰਦਰ ਬੀਸੀਏ ਪਰਟੀਕੂਲਰ ਕਿਹਾ ਹੈ ਨਾ ਤਾਂ ਜੇ ਅਕਾਊਂਟਸ ਵਾਲੇ ਚ ਬੀਕੋਮ ਪਰਟੀਕੂਲਰ ਕਿਹਾ ਤਾਂ ਇਹਦੇ ਹਿਸਾਬ ਨਾਲ ਜੋ ਵੀ ਇਸ਼ਤਿਹਾਰ ਚ ਹੈ ਜੇ ਸਿੰਪਲ ਗ੍ਰੈਜੂਏਸ਼ਨ ਹੈ ਫਿਰ ਤੁਹਾਨੂੰ ਸੋਚਣ ਦੀ ਲੋੜ ਨਹੀਂ ਆਪਣੀ ਗ੍ਰੈਜੂਏਸ਼ਨ ਦੀ ਮਾਰਕਸ਼ੀਟ ਤੇ ਚੁਪ ਚ ਇਹ ਚੌਥੀ ਗੱਲ ਹੋ ਗਈ ओरिजिनल ਆਧਾਰ ਕਾਰਡ ਦੀ ਲੋੜ ਹੈ ਇਹਨਾਂ ਨੇ ਕਿਹਾ ਨਹੀਂ ਕਿਤੇ ਫੋਟੋ ਕਾਪੀ ਬਟ ਅਪ ਮੈਂ ਤੁਹਾਨੂੰ ਕਹਿ ਰਿਹਾ ਉੱਥੇ ਲੋੜ ਪੈ ਜਾਂਦੀ ਹੈ ओरिजिनल ਆਧਾਰ ਕਾਰਡ ਅੱਗੇ ਗੱਲ ਆਉਂਦੀ ਹੈ ਜੀ ਕੈਟਾਗਰੀ ਸਰਟੀਫਿਕੇਟ ਦੀ ਪਲੀਜ਼ ਆਪਣੀ ਕੈਟਾਗਰੀ ਦੇਣਾ ਡੇਟ ਚੈੱਕ ਕਰ ਲਓ ਵੈਲਿਡਿਟੀ ਕਿੰਨੀ ਹੈ ਉਹਦੀ ਕਿਉਂਕਿ 1 ਸਾਲ 2 ਸਾਲ ਐ ਹੁੰਦੀ ਹੈ ਤੇ ਡੇਟ ਚੈੱਕ ਕਰ ਲਓ ਅੱਜ 27 ਅਕਤੂਬਰ ਹੈ ਤੁਹਾਡੀ 29 ਨੂੰ ਹੈ ਘਟੋ ਘਟ ਉਹ 30 ਅਕਤੂਬਰ ਤੱਕ ਦੀ ਉਹਦੀ ਵੈਲਿਡਿਟੀ ਹੋਵੇ ਜੇ ਨਹੀਂ ਹੈ ਵੈਸੇ ਬਧਵਾ ਲਓ ਜਾ ਕੇ ਹਜੇ ਤੁਹਾਡੇ ਕੋਲ ਟਾਈਮ ਨੇ 2-3 ਦਿਨ ਨੇ ਤੁਸੀਂ ਕੱਲ ਜਾ ਕੇ ਬਧਵਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਸਰਟੀਫਿਕੇਟ ਫਿਰ ਪਛਮੀ ਸ਼੍ਰੇਣੀ ਵਾਲਾ ਲਈ ਉਹਨਾਂ ਦਾ ਵੀ ਇਹੀ ਹੈ ਦੇਖੋ ਤੁਹਾਨੂੰ ਕਰਨਾ ਪੈਣਾ ਸਰਟੀਫਿਕੇਟ ਦੀ ਬਸ ਤੁਹਾਨੂੰ ਕੀ ਹੈ ਫੋਟੋਸਟੇਟ ਤੇ ਇੱਕ ਦੋ ਫੋਟੋਸਟੇਟ ਤੇ ਇੱਕ ओरिजिनल ਲੈ ਕੇ ਚੱਲੋ ਡੋਮਿਸਾਈਲ ਦਾ ਫੈਨੋਮੈਨਲ ਹਣੀਕ ਵਾਰ ਚੈੱਕ ਕਰ ਉਹਦੀ ਵੈਲਿਡਿਟੀ ਕਿੰਨੀ ਹੈ 5 ਸਾਲ ਲਿਖੀ ਹੈ ਕਿ 6 ਸਾਲ ਲਿਖੀ ਹੈ ਤੇ ਡੇਟ ਦੇਖੀ 5 ਸਾਲ ਕਦੋਂ ਮੁਰੇ ਹੁੰਦੇ ਆ ਠੀਕ ਹੈ ਆਪਾਂ ਅੱਗੇ ਚੱਲੀਏ ਜੇ ਅੱਗੇ ਚੱਲੀਏ ਜੇ ਥੇ ਪਛਮੀ ਸ਼੍ਰੇਣੀ ਦਾ ਸਰਟੀਫਿਕੇਟ ਹੋ ਗਿਆ ਠੀਕ ਹੈ ਹੁਣ ਕਿਹਾ ਜੀ ਸਾਬਕਾ ਫੌਜੀ ਸਾਹਿਬ ਜਿਹੜੇ ਐਕ ਸਰਵਿਸਮੈਨ ਵੀਰ ਨੇ ਸਾਡੇ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਲਈ ਕੀ ਹੈ ਸਾਬਕਾ ਫੌਜੀ ਦਾ ਉਹਨਾਂ ਤੇ ਨਿਰਭਰ ਬੱਚਾ ਲਈ ਉਹਨਾਂ ਦੇ ਜਿਹੜੇ ਡਿਪੈਂਡੈਂਟ ਨੇ ਉਹਨਾਂ ਨੂੰ ਵੀ ਇੱਕ ਸਰਟੀਫਿਕੇਟ ਦਿਖਾਉਣਾ ਪੈਂਦਾ ਕੀ ਹੈ ਜਾਰੀ ਹੋਇਆ ਅਸਲ ਡਿਸਚਾਰਜ ਬੁੱਕ ਹੁੰਦੀ ਉਹ ਜ਼ਿਲ੍ਹਾ ਸੈਨਿਕ ਭਲਾਈ ਅਫਸਰਾਂ ਵੱਲੋਂ ਜਾਰੀ ਕੀਤਾ ਐਲ ਡੀ ਸੀ ਸਰਟੀਫਿਕੇਟ ਇਹ ਤੁਹਾਨੂੰ ਪਤਾ ਹੋਣਾ ਦੇਖੋ ਜਿਹੜੇ ਐਕ ਸਰਵਿਸਮੈਨ ਉਹਨਾਂ ਨੂੰ ਪਤਾ ਹੋਣਾ ਹੈ ਇਸ ਬਾਰੇ ਤੇ ਸਾਬਕਾ ਫੌਜੀ ਤੇ ਉਸਦੇ ਆਸ਼ਰਿਤ ਵੱਲੋਂ ਹਲਫੀਆਂ ਬਿਆਨ ਪੇਸ਼ ਕਰਨਾ ਹੋਵੇਗਾ ਇਹ ਤੁਹਾਨੂੰ ਪਤਾ ਹੋਣਾ ਜਿਹੜੇ ਐਕਸ ਸਰਵਿਸਮੈਨ ਵੀਰ ਨੇ ਉਹਨਾਂ ਨੂੰ ਪਤਾ ਹੈ ਇਹਦੇ ਬਾਰੇ ਇਹਨੂੰ ਮੈਨੂੰ ਐਕਸਪਲੇਨ ਕਰਨ ਦੀ ਲੋੜ ਕੋਈ ਨਹੀਂ ਅੱਗੇ ਚੱਲੀਏ ਜਾਂ ਫਿਰ ਕਹਿੰਦੇ ਦਿਵਿਆਂਗਾ ਤੇ ਉਮੀਦਵਾਰਾਂ ਲਈ ਦੇਖੋ ਤੁਹਾਨੂੰ ਪਤਾ ਜੀ ਜਿਹੜੇ ਫਿਜ਼ੀਕਲੀ ਹੈਂਡੀਕੈਪਡ ਹੁੰਦੇ ਆ ਵੀਰ ਸਾਡੇ ਭੈਣਾਂ ਸਾਡੀਆਂ ਉਹਨਾਂ ਦਾ ਇੱਕ ਸਰਟੀਫਿਕੇਟ ਬਣਦਾ ਤਾਂ ਉਹ ਜ਼ਰੂਰੀ ਇਸ ਕੈਟਾਗਰੀ ਨਾਲ ਸੰਬੰਧਿਤ ਰੱਖਣ ਵਾਲੇ ਉਮੀਦਵਾਰ ਆਪਣਾ ਡਿਸੇਬਿਲਿਟੀ ਸਰਟੀਫਿਕੇਟ ਲੈ ਕੇ ਜਾਣਾ ਜੋ ਕਿ ਡਿਸੇਬਿਲਿਟੀ ਦਾ ਟੁਕੜ 40% ਹੋਣੀ ਜ਼ਰੂਰੀ ਹੈ ਜੇ ਤੁਹਾਡਾ 40% ਤਾਂ ਹੀ ਤੁਹਾਨੂੰ ਬੈਨੀਫਿਟ ਮਿਲੂਗਾ ਡਿਸੇਬਿਲਿਟੀ ਦਾ ਠੀਕ ਹੈ ਜੀ ਪੇਸ਼ ਕਰਨਗੇ ਤੇ ਨੋਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਹਦਾਇਤਾਂ ਇਨ ਬਿਨ ਲਾਗੂ ਹੋਣਗੇ ਜਿੱਦਾਂ ਵੀ ਠੀਕ ਹੈ ਫਿਰ ਸਪੋਰਟਸ ਕੈਟਾਗਰੀ ਵਾਲਿਆਂ ਦੀ ਸਪੋਰਟਸ ਕੈਟਾਗਰੀ ਦੀ ਅੱਡ ਤੋਂ ਹੁੰਦੀ ਹੈ ਤਾਂ ਜੀ ਸਪੋਰਟਸ ਕੈਟਾਗਰੀ ਵਾਲਿਆਂ ਨੂੰ ਇਸ ਕੈਟਾਗਰੀ ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਦੁਆਰਾ ਜਾਰੀ ਕੀਤਾ ਗਿਆ ਸਪੋਰਟਸ ਗ੍ਰੇਡੇਸ਼ਨ ਸਰਟੀਫਿਕੇਟ ਪੇਸਟ ਕਰਨਗੇ ਜਿਹੜੇ ਸਪੋਰਟਸ ਵਾਲੇ ਵੀਰ ਨੇ ਉਹਨਾਂ ਕੋਲ ਇਹ ਹੋਣਾ ਚਾਹੀਦਾ ਜੇ ਹੁਣ ਨਹੀਂ ਹੈ ਬਹੁਤ ਜ਼ਿਆਦਾ ਲੇਟ ਹੋ ਗਏ ਉਹ 100 ਰੁਪਏ ਵਧ ਦੇ ਕੇ ਸਲਿੱਪ ਮਿਲਿਆ ਨੇ ਅੱਛਾ ਮਿਲਗੀ ਨਾ ਵੀ ਰੇ ਦੇਖ ਐਂ ਗੱਲ ਹੈ ਜੀ ਕਰਪਸ਼ਨ ਦੀ ਗੱਲ ਤਾਂ ਦੇਖੋ ਆਪਾਂ ਸਪੋਰਟ ਕਰਦੇ ਨਹੀਂ ਬਟ ਜੇ ਸਾਡਾ ਸਾਡਾ ਕੰਮ ਹੈ ਆਪਾਂ ਇਹਨਾਂ ਸੋਚਣਾ ਨਹੀਂ ਕੰਮ ਨਿਬੜ ਦੇ ਬਾਅਦ ਚ ਆਪਾਂ ਕਰੀ ਜਾਣਗੇ ਆਪਾਂ ਉਹ ਧਰਨੇ ਦੇ ਹੀ ਜਾਣਗੇ ਉਹਦੇ ਟੈਨਸ਼ਨ ਨਾ ਲਓ ਕੰਮ ਲੱਗ ਜਾਏ ਨੌਕਰੀ ਲੱਗ ਜਾਏ ਮੇਰੇ ਸਾਡੇ ਲਈ ਉਹ ਤੋਂ ਵਧੀਆ ਗੱਲ ਕੁਝ ਨਹੀਂ ਹੈ ਠੀਕ ਹੈ ਜੀ ਇਹ ਗੱਲ ਹੈ ਜੀ ਹੁਣ ਅੱਗੇ ਚੱਲੀਏ ਜੇ ਕਹਿੰਦੇ ਜੀ ਆਈ ਐਮ ਬੈਕ ਹਾਂ ਜੀ ਭਪਿੰਦਰ ਜੀ ਕੀ ਹਾਲ ਨੇ ਤੁਹਾਡੇ ਇਹ ਅੱਗੇ EWS ਬਾਰੇ ਬਾਰੇ ਗੱਲ ਕੀਤੀ ਹੈ ਤੁਹਾਨੂੰ ਪਤਾ ਇਕਨੋਮਿਕਲੀ ਵੀਕਰ ਸੈਕਸ਼ਨ ਨਵਾਂ ਨਵਾਂ ਇਹ ਕੈਟਾਗਰੀ ਆਈ ਹੈ ਇਹਨਾਂ ਦਾ ਵੀ ਤੁਹਾਨੂੰ ਸਰਟੀਫਿਕੇਟ ਰੱਖਣਾ ਪੈਣਾ ਜਿਵੇਂ SC BC ST ਦਾ OBC ਦਾ ਸਰਟੀਫਿਕੇਟ ਹੁੰਦਾ ਉਦਾਂ ਹੀ EWS ਦਾ ਵੀ ਸਰਟੀਫਿਕੇਟ ਹੁੰਦਾ ਫਿਰ ਜੀ ਫ੍ਰੀडम फाइਟਰ ਤੇ ਉਹਨਾਂ ਦੇ ਜਿਹੜੇ ਪੁੱਤਰ ਪੁੱਤਰੀ ਪੋਤਰਾ ਦੋਤਰੇ ਦੋਤਰੀਆਂ ਉਹਨਾਂ ਲਈ ਵੀ ਅੱਡ ਤੋਂ ਹੁੰਦਾ ਤੇ ਉਹਦਾ ਵੀ ਤੁਹਾਨੂੰ ਸਰਟੀਫਿਕੇਟ ਮਿਲਦਾ ਦੁਬਾਰਾ ਜਾਰੀ ਤਾਜ਼ਾ ਹਦਾਇਤਾਂ ਅਨੁਸਾਰ ਸੰਬੰਧਤ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਅਸਲ ਸਰਟੀਫਿਕੇਟ ਇਹ ਧਿਆਨ ਰੱਖਣਾ ਓਰੀਜਨਲ ਲੈ ਕੇ ਜਾਣਾ ਤੇ ਦੋ ਰੱਖ ਲਓ ਫੋਟੋਕਾਪੀਆਂ ਅੱਗੇ ਚੱਲੀਏ ਤੇ ਰਾਖਵੇ ਵਰਗਾ ਸੰਬੰਧਿਤ ਨਾਲ ਪੰਜਾਬ ਡੋਮਿਸਾਈਲ ਸਰਟੀਫਿਕੇਟ ਇਹ ਜ਼ਰੂਰ ਹੈ ਦੇਖੋ ਥੋਦੀ ਜੇ ਕੈਟਾਗਰੀ ਤੋਂ ਹੋ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੇ ਤੁਸੀਂ ਕੈਟਾਗਰੀ ਤੋਂ ਹੋ ਤੇ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਨਹੀਂ ਹੈ ਤੁਹਾਨੂੰ ਉਹਦਾ ਬੈਨੀਫਿਟ ਨਹੀਂ ਮਿਲੂਗਾ ਕਦੇ ਵੀ ਨਹੀਂ ਮਿਲੂਗਾ ਡੋਮਿਸਾਈਲ ਪੰਜਾਬ ਦਾ ਤੁਹਾਡਾ ਰਹਿਸ਼ ਥੋਦੀ ਪੰਜਾਬ ਦੀ ਹੋਣੀ ਚਾਹੀਦੀ ਹੈ ਫਿਰ ਜਿਹੜੇ ਉਮੀਦਵਾਰ ਗਵਰਨਮੈਂਟ ਆਫਿਸ ਚ ਕੰਮ ਕਰਦੇ ਨੇ ਉਹਨਾਂ ਨੂੰ ਲੈਣਾ ਪੈਂਦਾ ਇੱਕ ਨੋਬਜੈਕਸ਼ਨ ਸਰਟੀਫਿਕੇਟ ਜਿਹੜੇ ਮੇਰੇ ਵੀਰ ਭਰਾ ਪੈਣ ਸਾਰੇ ਜਿਹੜੇ ਵੀ ਸਰਕਾਰੀ ਅਸਤਾਨ ਚ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਨੋਬਜੈਕਸ਼ਨ ਸਰਟੀਫਿਕੇਟ ਲੈਣਾ ਪੈਣਾ ਜੇ ਹੈ ਨਹੀਂ ਕੱਲ ਚੁੱਪਚਾਪ ਜਾ ਕੇ ਛੇਤੀ ਛੇਤੀ ਜਾ ਕੇ ਆਪਣੇ ਜਿਹੜੇ ਵੀ ਤੁਹਾਡੇ ਹੈਡ ਹੋਏ ਕਿਤੇ ਵੀ ਕੰਮ ਕਰਦੇ ਆ ਉਹਨਾਂ ਤੋਂ ਤੁਸੀਂ ਲੈਣਾ ਕੀ ਹੈ ਐਨਓਸੀ ਲੈਣਾ ਹੈ ਅੱਗੇ ਚਲੀਏ ਜੇ ਚਲੋ ਅਗੇ ਏ ਕਹਿ ਰਹੇ ਵੀ ਕੱਲਾ ਤੁਹਾਨੂੰ ਡੀਵੀ ਲੈ ਬਲਾ ਲਿਆ ਦਾ ਮਤਲਬ ਇਹ ਨਹੀਂ ਤੁਹਾਡਾ ਹੋ ਗਿਆ ਪੱਕਾ ਹਜੇ ਤੁਹਾਡੀ ਉਹ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਇਹ ਚ ਵੀ ਇਹ ਬੱਚੇ ਕੱਢਦੇ ਨੇ ਤਾਂ ਉਹਦੇ ਨੰਬਰ ਨੰਬਰ ਬੰਨਦੇ ਨੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਹੋਰ ਕੁਝ ਨਹੀਂ ਵੀ ਤੁਹਾਨੂੰ ਪੈਸੇ ਨਹੀਂ ਮਿਲਣਗੇ ਵੀ ਤੁਸੀਂ ਕਹੋ ਵੀ ਅਸੀਂ ਆ ਗਏ ਉੱਥੇ ਤੱਕ ਪੈਸੇ ਦੇ ਦਿਓ ਤੁਹਾਨੂੰ ਵੀ ਕਰਾਇਆ ਕਰੋ ਇਹ ਕੁਝ ਨਹੀਂ ਮਿਲਦਾ ਇਹ ਹੁਣ ਪਤਾ ਕੀ ਦਿੱਤਾ ਇਹ ਦਿੱਤੇ ਨੇ ਸਰਟੀਫਿਕੇਟ ਦਿੱਤੇ ਵੀ ਤੁਹਾਡਾ ਇਹੋ ਜਿਹਾ ਸਰਟੀਫਿਕੇਟ ਹੋਣਾ ਚਾਹੀਦਾ ਇਹ ਨਾ ਸੋਚੋ ਵੀ ਇਹੀ ਸਰਟੀਫਿਕੇਟ ਹੋਣਾ ਚਾਹੀਦਾ ਸਾਨੂੰ ਹੁਣ ਡਾਊਨਲੋਡ ਕਰਨਾ ਪੈਣਾ ਇਹ ਚ ਬਣਵਾਉਣਾ ਪੈਣਾ ਏ ਨਹੀਂ ਕਰਨਾ ਪੈਣਾ ਤੁਹਾਨੂੰ ਚੱਕਰ ਸਰਟੀਫਿਕੇਟ ਆਫ ਸ਼ੈਡਿਊਲਡ ਕਾਸ ਇਹੋ ਜਿਹਾ ਹੋਗਾ ਵੀ ਆਫੀਸਰ ਆਫ ਤਹਿਸੀਲਦਾਰ ਨੇ ਬਣਾਇਆ ਵੀ ਇੱਥੇ ਮੋਹਰ ਲੱਗੀ ਹੋਊਗੀ ਤੇ ਤੁਹਾਡੇ ਬਾਰੇ ਸਾਰਾ ਕੁਝ ਲਿਖਾ ਹੋਗਾ ਤਰੀਕ ਲਿਖੀ ਹੋਗੀ ਇਹ ਸਭ ਇਹੋ ਜਿਹਾ ਸਰਟੀਫਿਕੇਟ ਤੁਹਾਨੂੰ ਬਣਵਾਉਣਾ ਹੈ ਇਹੋ ਜਿਹਾ ਬਣਾਇਆ ਹੋਊਗਾ ਤੁਹਾਡਾ ਵੈਸੇ ਬਣਵਾਉਣਾ ਕਿ ਜਿਨ੍ਹਾਂ ਨੇ ਬਣਵਾਏ ਹੋਇਆ ਇਹੋ ਜਿਹਾ ਹੀ ਹੁੰਦੇ ਇਹਨਾਂ ਨੇ ਬਸ ਨਮੂਨਾ ਜਾਂ ਪੇਸ਼ ਕੀਤਾ ਨਮੂਨਾ ਜਾਂ ਪੇਸ਼ ਕੀਤਾ ਇਹਨਾਂ ਨੇ ਛੋਟਾ ਜਾ ਕੇ ਇਹ ਇਹੋ ਜਿਹਾ ਹੋਣਾ ਚਾਹੀਦਾ ਦੂਜਾ ਦੇਖੋ ਇਹ ਵੀ ਉਹੀ ਹੈ ਇਹ OBC ਲਈ ਹੈ ਉਹੋ ਜਿਹਾ ਸੇਮ ਹੈ SC ST ਲਈ ਹੈ ਇਹ ਨਮੂਨਾ ਪੇਸ਼ ਕੀਤਾ ਵੀ ਇਹੋ ਜਿਹਾ ਹੋਊਗਾ ਇਹ ਨਾ ਸੋਚੋ ਇਹੀ ਕਰਨਾ ਬਾਰ ਬਾਰ ਦੱਸ ਰਿਹਾ ਕਿਤੇ ਗਈ ਹੈ ਉਹ ਸੋਚਣ ਲੱਗ ਜਾਣ ਵੀ ਇਹ ਹੁਣ ਤਾਂ ਸਾਨੂੰ ਦੁਬਾਰਾ ਬਣਾਉਣਾ ਪੈਣਾ ਇਹਨਾਂ ਨੇ ਦਿੱਤਾ ਹੋਇਆ ਇਹ ਨਹੀਂ ਕਰਨਾ ਸਪੈਸਿਮਨ ਮਤਲਬ ਹੁੰਦਾ ਇਹੋ ਜਿਹਾ ਫਿਰ ਇੱਕ ਹੁੰਦਾ ਤੁਹਾਨੂੰ ਦੇਖ BC ਵਾਸਤੇ ਇੱਕ ਹੁੰਦਾ ਕਿਉਂਕਿ ਇੱਥੇ ਕ੍ਰੀਮੀ ਲੇਅਰ ਦਾ ਵੀ ਹਿਸਾਬ ਕਿਤਾਬ ਹੁੰਦਾ ਇਹ ਵਾਲਾ ਵੀ ਹੁੰਦਾ ਤੁਹਾਡੇ ਕੋਲ ਫਾਰਮ ਔਰ ਡਿਕਲਰੇਸ਼ਨ ਬੈਕਵਰਡ ਕਲਾਸ ਸਟੇਟਸ ਵਾਲਾ ਚਲੋ ਅੱਗੇ ਚਲੀਏ ਫਿਰ ਐਫੀਡੈਵਿਟ ਐਕਸਰਮਿਸਮੈਨ ਲਈ ਇਹਨਾਂ ਨੇ ਆਪ ਹੀ ਭਰਨਾ ਇਹੀ ਭਾਵੇਂ ਡਾਊਨਲੋਡ ਕਰਕੇ ਆਪ ਹੀ ਭਰ ਦੋ ਤੁਸੀਂ ਕੁਝ ਨਹੀਂ ਕਰਨਾ ਕਿਉਂਕਿ ਸੈਲਫ ਲਿਖਿਆ ਆਈ ਇਹ ਸੰਡਾਟਰ ਇਹਦੇ ਨਾਲ ਆਪਣਾ ਨਾਮ ਲਿਖਣਾ ਡੇਟ ਡੂਟ ਲਿਖਣੀ ਕਦੋਂ ਮੈਂ ਕਿੱਥੇ ਕੰਮ ਕਰਦਾ ਸੀ ਆਰਮੀ 에ਅਰਫੋਰਸ ਨੇਵੀ ਚ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਇਹ ਤੁਸੀਂ ਆਪ ਭਰਨਾ ਕੁਝ ਨਹੀਂ ਕਰਨਾ ਇਹ ਅੱਗੇ ਚਲੀਏ ਫਿਰ ਐਫੀਡੈਵਿਟ ਐਕਸ ਸਰਵਿਸਮੈਨ ਲਈ ਡਿਪੈਂਡੈਂਟ ਲਈ ਮੰਨ ਲਓ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਬੱਚੇ ਉਹਨਾਂ ਦਾ ਕੋਈ ਵੀ ਕੰਮ ਕਰਦੇ ਨੇ ਉਹ ਕਰਨਾ ਚਾਹੁੰਦੇ ਉਹਨਾਂ ਲਈ ਐਫੀਡੈਵਿਟ ਇਹ ਇਹ ਵੀ ਤੁਹਾਨੂੰ ਆਪ ਡਾਊਨਲੋਡ ਕਰਨਾ ਪੈਣਾ ਇਹ ਅੱਗੇ ਚੱਲੋ ਫਿਰ ਫਾਰਮੈਟ ਆਫ ਮੈਡੀਕਲ ਸਰਟੀਫਿਕੇਟ ਐ ਡਿਸੇਬਿਲਿਟੀ ਵਾਲਾ ਇਹੋ ਜਿਹਾ ਹੋਣਾ ਤੁਹਾਡੇ ਕੋਲ ਦੇਖੋ ਇਹ ਕਰਨ ਦੀ ਲੋੜ ਨਹੀਂ ਹੈ ਇਹ ਨਹੀਂ ਡਾਊਨਲੋਡ ਕਰਨਾ ਬਾਰ-ਬਾਰ ਦੱਸ ਰਿਹਾ ਇਹ ਨਹੀਂ ਡਾਊਨਲੋਡ ਕਰਨਾ ਤੁਹਾਡੇ ਕੋਲ ਇਹੋ ਜਿਹਾ ਸਰਟੀਫਿਕੇਟ ਹੋਊਗਾ ਇਹਨਾਂ ਨੇ ਬਸ ਦਿਖਾਇਆ ਵੀ ਤੁਹਾਡਾ ਇਹੋ ਜਿਹਾ ਹੋਣਾ ਚਾਹੀਦਾ ਤੇ ਹੋਊਗਾ ਇਹੋ ਜਿਹਾ ਹੀ ਬਾਕੀ ਕੁਝ ਨਹੀਂ ਕਿਤੇ ਡਾਊਨਲੋਡ ਕਰਨ ਬੈਠੋ ਬਾਰ-ਬਾਰ ਮੈਂ ਕਮਲਾ ਨਹੀਂ ਹਾਂ ਇੱਕੋ ਗੱਲ ਕਹੀ ਜਾਣਾ ਮੈਂ ਠੀਕ ਹੈ ਜੀ ਅੱਗੇ ਵਧੀਏ ਫਿਰ ਆ ਕੀ ਹੈ ਇਹ ਇਨਕਮ ਐਂਡ ਐਸੈਟ ਸਰਟੀਫਿਕੇਟ ਹੈ ਇਹ ایਡਬਲਯੂਐਸ ਵਾਲਿਆਂ ਲਈ ਹੈ ਤੇ ਵਾਕਿਤੇ ਜਿਹੜੀ ਉਹ ਹੀ ਹੈ ਇਹਨਾਂ ਨੇ ਬਸ ਐਫੀਡੇਵਿਟ ਤੇ ਦਿੱਤੇ ਹਲਫੀਆ ਬਿਆਨ ਦਿੱਤਾ ਸਵਤੰਤਰ ਸੰਗਰਾਮੀ ਵਾਲਾ ਇਹ ਵੀ ਤੁਹਾਨੂੰ ਕਰਨਾ ਪੈਣਾ ਆ ਭਰਨਾ ਪੈਣਾ ਇਹ ਬਿਆਨ ਕਰਤਾ ਸਾਰਾ ਭਰਨਾ ਹੈ ਇਹ ਆਗਾ ਡੋਮਿਸਾਈਲ ਵਾਲਾ ਜਿਨ੍ਹਾਂ ਕੋਲ ਹੈ ਇੱਕ ਵਾਰੀ ਦੁਬਾਰੇ ਕਹਿਣਾ ਪਲੀਜ਼ ਚੈੱਕ ਕਰ ਲਓ ਆਪਣੀ ਕੀ ਚੈੱਕ ਕਰ ਲਓ ਵੈਲਿਡਿਟੀ ਚੈੱਕ ਕਰ ਲਓ ਯਾਰ ਵੈਲਿਡਿਟੀ ਚੈੱਕ ਕਰ ਲਓ ਕਿੰਨੇ ਤਰੀਕ ਤੱਕ ਦਾ ਹੈ ਕਿੰਨੇ ਤੱਕ ਦਾ ਵੈਲਿਡ ਹੈ ਉੱਥੇ ਜਾ ਕੇ ਐ ਨਾ ਹੋਵੇ ਤੁਸੀਂ ਕਿਸੇ ਕੈਟਾਗਰੀ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਤੇ ਤੁਹਾਡਾ ਉੱਥੇ ਜਾ ਕੇ ਕਹਿਣ ਤੁਹਾਡੀ ਤਾਂ ਵੈਲਿਡਿਟੀ ਹੈ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਹੈ ਪੇਪਰ 'ਤੇ ਉਹਨਾਂ ਪ੍ਰੈਸ਼ਰ ਨਹੀਂ ਹੁੰਦਾ ਜਿੰਨਾ ਹੁਣ ਹੁੰਦਾ ਕਿਉਂਕਿ ਚੱਕਰ ਐ ਹੁੰਦਾ ਪੇਪਰ ਅਸੀਂ ਪੜ੍ਹ ਕੇ ਕਰ ਲਿਆ ਪਾਸ ਹੁਣ ਜੇ ਡੀਵੀ 'ਚ ਕੁਝ ਪ੍ਰੋਬਲਮ ਹੋ ਗਈ ਉਹ ਤੋਂ ਭੈੜਾ ਕੁਝ ਹੋ ਨਹੀਂ ਸਕਦਾ ਅੱਗੇ ਚਲੀਏ ਜੇ ਫਿਰ ਤਜਰਬਾ ਸਰਟੀਫਿਕੇਟ ਜਿਹੜੇ ਗਵਰਨਮੈਂਟ ਅਫੀਸਰ ਵਾਲੇ ਨੇ ਸਾਡੇ ਨੇ ਉਹਨਾਂ ਦਾ ਉਹਨਾਂ ਨੂੰ ਹੁੰਦਾ ਇੱਕ ਮਿਲਿਆ ਹੁੰਦਾ ਜੇ ਨਹੀਂ ਆ ਫਿਰ ਇਹ ਡਾਊਨਲੋਡ ਕਰ ਲੋ ਜਿਹੜੇ ਗਵਰਨਮੈਂਟ ਵਾਲੇ ਨੇ ਐਕਸਪੀਰੀਅੰਸ ਸਰਟੀਫਿਕੇਟ ਤੇ ਥੱਲੇ ਇਹੀ ਹੋ ਗਿਆ ਬਸ ਇਹ ਜੀ ਹਾਂ ਜੀ ਇਹ ਮੁੱਕ ਗਿਆ ਇਹ ਸੀ ਕੁਝ ਚੀਜ਼ਾਂ ਇਹ ਸਾਰਿਆਂ ਨੇ ਧਿਆਨ ਦੇਣੀ ਹੈ ਠੀਕ ਹੈ ਜੀ ਬਾਕੀ ਵੀ ਡਰਨਾ ਨਹੀਂ ਹੈ ਇੱਕ ਮੈਂ बार-बार ਕਹੀ ਜਾਣਾ ਜਿੰਨੇ ਵੀ ਸਰਟੀਫਿਕੇਟ ਆ ਤੁਹਾਡੇ ਕੋਲ ਸਾਰੇ ਲੈ ਕੇ ਜਾਓ ਭਾਵੇਂ 50 ਸਰਟੀਫਿਕੇਟ 50 ਲੈ ਕੇ ਜਾਓ ਤੇ ਸਾਰਿਆਂ ਦੇ ਦੋ ਦੋ ਫੋਟੋ ਕਾਪੀਆਂ ਕਰਾ ਲਓ ਉੱਥੇ ਭਾਵੇਂ ਮੰਗੀ ਵੀ ਨਹੀਂ ਉਹਨਾਂ ਨੇ ਜਿੰਨੇ ਵੀ ਤੁਹਾਨੂੰ ਲੱਗਦਾ ਸਰਟੀਫਿਕੇਟ ਆ ਤੁਹਾਡੇ ਕੋਲ ਸਾਰੇ ਲੈ ਕੇ ਜਾਓ ਠੀਕ ਹੈ ਦੇਖੋ ਸ਼ਿਵਾਨੀ ਗਰਗ ਜੇ ਤੁਸੀਂ ਕੈਟਾਗਰੀ ਤੋਂ ਅਪਲਾਈ ਕਰ ਰਹੇ ਹੋ OBC SC ST ਕਿਸੇ ਵੀ ਕੈਟਾਗਰੀਸ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਡੋਮਿਸਾਈਲ ਹੋਣਾ ਜ਼ਰੂਰੀ ਹੈ ਜੇ ਤੁਸੀਂ ਜਨਰਲ ਤੋਂ ਕਰ ਰਹੇ ਅਪਲਾਈ ਤਾਂ ਕੋਈ ਲੋੜੀ ਹੈ ਨਹੀਂ ਫੈਨੋਮੈਨਲ ਨਹੀਂ ਉਹ ਸਰਟੀਫਿਕੇਟ ਤੇ ਲਿਖਿਆ ਹੁੰਦਾ ਵੀ ਇਹ 2 ਸਾਲ ਤੱਕ ਵੈਲਿਡ ਹੈ ਐਂ ਲਿਖਿਆ ਹੁੰਦਾ ਸਕਾਸ਼ ਸਰਟੀਫਿਕੇਟਾ ਤੇ ਵੀ ਆਈ ਹੁੰਦਾ ਵੀ 1 ਸਾਲ ਤੱਕ ਵੈਲਿਡ ਹੈ 2 ਸਾਲ ਤੱਕ ਵੈਲਿਡ ਹੈ ਇਹ ਲਿਖਿਆ ਹੁੰਦਾ ਉਹਨਾਂ ਤੇ ਇਹ ਧਿਆਨ ਦਿਓ ਹੋਰ ਸਵਾਲ ਜੇ ਕਿਸੇ ਨੇ ਪੁੱਛਣੇ ਹੋ ਪੁੱਛ ਲਓ ਬੱਚੇ ਵੈਸੇ ਹੀ ਘਟ ਆਏ ਨੇ ਕਿਉਂਕਿ ਜਿਨ੍ਹਾਂ ਦਾ ਪੇਪਰ ਹੈ ਜਿਨ੍ਹਾਂ ਦੇ ਡਾਕੂਮੈਂਟ ਬਾਕੀ ਦੇਖੋ ਇਹਨੂੰ ਦੇਖੋ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਤਾ ਨਹੀਂ ਹੈ ਲੋਕਾਂ ਨੂੰ ਸ਼ੇਅਰ ਕਰ ਦਿਓ ਸੈਸ਼ਨ ਨੂੰ ਜਿਨ੍ਹਾਂ ਦੇ ਨਾਲ ਤਾਂ ਡੀਵੀਐਫ ਫੈਨੋਮੈਨਲ ਹਨੀ ਵੀਰੇ ਸ਼ੇਅਰ ਕਰਦੇ ਉਹਨਾਂ ਨਾਲ ਤਾਂ ਕਿਸੇ ਦੇ ਪੰਚ ਉਹ ਉਹ ਡਾਊਟ ਨਾ ਰਹੇ ਸ਼ੇਅਰ ਕਰ ਦਿਓ ਇਹਨੂੰ ਇੱਕ ਵਾਰ ਲਾਈਕ ਕਰੋਗੇ ਆਪੇ ਉਹਨਾਂ ਕੋਲ ਸਜੈਸ਼ਨ ਜਾਣ ਲੱਗ ਜੂਗਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇਹਨੂੰ ਸੈਸ਼ਨ ਨੂੰ ਠੀਕ ਹੈ ਜੀ ਏ ਯਾਰ ਮੈਨੂੰ ਨਹੀਂ ਪਤਾ ਯਾਰ ਜਨਰਲ ਐਲ ਡੀ ਸੀ ਟਾਈਪਿਸਟ ਕਿੰਨੀ ਹੈ ਇਹ ਮੈਂ ਕੱਲ ਕਨਫਰਮ ਕਰਕੇ ਤੁਹਾਨੂੰ ਕਲਾਸ 'ਚ ਦੱਸਦਾ ਠੀਕ ਹੈ ਗਰਲਸ ਨੂੰ ਵੀ ਰਿజర్వేਸ਼ਨ ਹੈ ਇਹ ਤੁਸੀਂ ਦੇਖੋ ਨੋਟੀਫਿਕੇਸ਼ਨ ਪੜ੍ਹੋ ਚਿਵਾਨੀਗਰ ਇਹ ਬਾਰੇ ਮੈਨੂੰ ਨਹੀਂ ਪਤਾ ਆਪਾਂ ਹਜੇ ਗੱਲ ਕਰ ਰਹੇ ਕੱਲ ਹੀ ਡੀ ਵੀ ਦੀ ਡੀ ਵੀ ਮਤਲਬ ਹੁੰਦਾ ਡਾਕੂਮੈਂਟ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਬਾਕੀ ਹੁਣ ਮਾੜਾ ਤਾਂ ਗੱਲ ਕਰ ਲਈ ਆਪਾਂ ਜਿਹੜੇ ਕੁਝ ਸਾਡੇ ਵੀਰਪਰਾ ਭੈਣ ਨੇ ਉਹ ਪ੍ਰੀ ਟ੍ਰਿਪਲ ਐਸ ਬੀ ਦੀ ਤਿਆਰੀ ਕਰਨਾ ਚਾਹੁੰਦੇ ਨੇ ਪੀ ਐਸ ਪੀ ਸੀ ਐਲ ਦੀ ਕਰ ਰਹੇ ਨੇ ਉਹਨਾਂ ਲਈ ਕਹਦੇ ਦਿਖਾ ਦੇਣਾ ਮੈਂ ਤੁਹਾਨੂੰ ਉਨਾਂ ਲਈ ਜੀ ਆਹ ਦੇਖੋ ਅਡਾ 247 ਦੀ ਐਪ ਖੋਲੋਗੇ ਜਾਂ ਫਿਰ ਵੈਬਸਾਈਟ ਖੋਲੋਗੇ ਤੇ 올 ਕੋਰਸਿਸ ਜਾ ਕੇ ਸਟੇਟ ਐਗਜ਼ਾਮਸ ਤੇ ਦਬੋਗੇ ਤੇ ਇੱਥੇ ਆ ਕੇ ਪੰਜਾਬ ਸਟੇਟ ਐਗਜ਼ਾਮਸ ਤੇ ਕਰੋਗੇ ਆ ਤੁਹਾਡੇ ਮੂਰੇ ਆ ਕੇ ਕਈ ਸਾਰੇ ਬੈਚ ਆ ਗਏ ਨੇ ਐਫਸੀਆਈ ਦੀ ਤਿਆਰੀ ਕਰ ਰਹੇ ਨੇ ਜਿਹੜੇ ਪੀ ਟ੍ਰਿਪਲ ਐਸਬੀ ਦੀ ਤਿਆਰੀ ਕਰ ਰਹੇ ਨੇ ਤੇ ਕਨਸਟੇਬਲ ਦੀ ਕਰਨਾ ਚਾਹੁੰਦਾ ਉਹ ਵੀ ਹੈ ਤੇ ਮਹਾਪੈਕ ਵੀ ਹੈ ਪਹਿਲਾਂ ਪੀ ਟ੍ਰਿਪਲ ਐਸਬੀ ਦੀ ਗੱਲ ਕਰ ਲਈ ਪੀ ਟ੍ਰਿਪਲ ਐਸਬੀ ਕੀ ਹੈ ਇਹ 8000 ਦਾ ਪੈਕ ਹੈ ਜੇ ਟੈਨਸ਼ਨ ਨਾ ਲਓ ਡਰਨਾ ਨਹੀਂ ਹੈ 8000 ਨਹੀਂ ਲੈਣ ਦੇਣ ਤੁਹਾਨੂੰ ਤੁਹਾਡਾ ਭਰਾ ਸਾਰਨੇ ਮੂਰੇ ਖੜਾ ਤੁਹਾਡੇ ਆ ਲੈ ਖੜਾ ਤੇਰਾ ਕੋਡ ਵਾਲਾ ਯਾਰ ਯਾਰ ਨਹੀਂ ਭਰਾ ਖੜਾ ਵੈਸੇ ਤਾਂ ਮੈਂ ਯਾਰ ਅਹੀਂ ਕਹਿਣ ਲੱਗਿਆ ਤਾਂ ਜੀ Y383 ਤੁਸੀਂ ਯੂਜ਼ ਕਰਨਾ ਤੇ 8000 ਤੋਂ ਰਹਿ ਗਿਆ ਸਿਰਫ 1840 ਰੁਪਏ ਰਹਿ ਗਿਆ ਇਹ ਇਹ ਜੀ ਤੁਹਾਨੂੰ ਪੈ ਜਾਊਗਾ 78% ਆਫ ਪੈਗਾ 78% ਆਫ ਪੈਗਾ ਕੋਡ Y383 ਲਾ ਕੇ ਕਿੰਨੇ ਦਾ ਪੈ ਗਿਆ ਪੈਗਾ ਜੀ 1840 ਦਾ ਇਹ ਹੈ ਕਿਹੜਾ ਇਹ ਹੈ ਜੀ ਪੀ ਟ੍ਰਿਪਲ ਐਸ ਬੀ ਕਲਰਕ ਦਾ ਪੀ ਟ੍ਰਿਪਲ ਐਸ ਬੀ ਕਲਰਕ ਦਾ ਵੈਚ ਆਹੇ ਤੇ 8 ਨਵੰਬਰ ਤੋਂ ਸ਼ੁਰੂ ਹੋ ਰਿਹਾ ਲਿਮਟਿਡ ਸੀਟਸ ਨੇ ਬਾਅਦ ਚ ਕਿਸ ਨੇ ਨਹੀਂ ਕਹਿਣਾ ਵੀ ਸਾਨੂੰ ਮਿਲੀ ਨਹੀਂ ਠੀਕ ਹੈ ਜੀ ਸਰ ਜੀ ਮੈਂ ਨਵਾਂ ਨਵਿਆ ਦੀ ਸਲਿੱਪ ਬਣਵਾਈ ਤਾਂ ਮਾਨਾ ਤਾਂ ਨਹੀਂ ਕਰ ਦੇਗੇ ਨਵਿਆ ਦੀ ਮਤਲਬ ਵੀਰੇ ਫਿਰ ਮੈਨਾਂ ਲੜੀ ਇੱਕ ਵਾਰ ਦੱਸ ਮੈਨੂੰ ਯਾਰ ਨਵਿਆ ਮੈਨੂੰ ਨਹੀਂ ਪਤਾ ਤਾਂ ਜੀ ਇਹ ਤਾਂ ਸੀਪੀ ਟ੍ਰਿਪਲ ਐਸ ਵੀ ਕਲਰਕ ਬਾਰੇ ਗੱਲ ਤੇ ਤੁਸੀਂ ਜੇ ਹੋਰ ਮੰਨ ਲੋ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੇ ਤੁਹਾਨੂੰ ਲੱਗਦਾ ਵੀ ਆਪਾਂ ਹਰ ਬੈਚ ਕਿਉਂ ਖਰੀਦੇ ਫਿਰਿਏ ਤਾਂ ਉਹਨਾਂ ਲਈ ਇੱਕ ਬਹੁਤ ਹੀ ਵਧੀਆ ਚੀਜ਼ ਹੈ ਉਹਨੂੰ ਕਹਿੰਦੇ ਨੇ ਆਪਾਂ ਮਹਾਪੈਕ ਕਹਿੰਦੇ ਨੇ ਇਹ ਦੋ ਮਹਾ ਪੈਕ ਨੇ ਕਿੰਨੇ 24 ਮਹੀਨੇ ਵਾਲਾ ਇੱਕ ਹੈ ਜੀ 12 ਮਹੀਨੇ ਦਾ ਇਹਦੇ ਅੰਦਰ ਵੀ ਆਪਾਂ ਖੋਲਾਂਗੇ ਤੁਸੀਂ ਰੇਟ ਦੇਖੋਗੇ 17400 ਆਪਾਂ ਜੀ ਦੇਖੋ ਆਪਣੇ ਪੰਜਾਬੀ ਭਾਈ ਭਰਾ ਵੀਰਾਂ ਨੂੰ ਭੈਣਾਂ ਨੂੰ ਇੰਨਾ ਪੈਸਾ ਆਪਾਂ ਲੈਣ ਨਹੀਂ ਦੇਣਾ ਖਰਚਣ ਨਹੀਂ ਦੇਣਾ ਇਹਨਾਂ ਲੈਣ ਤਾਂ ਬਹੁਤ ਦੇਣਾ ਪੈਸਾ ਤਾਂ ਬਹੁਤ ਕਮਾ ਦੇਣੇ ਤੁਹਾਨੂੰ ਅਸੀਂ ਨੌਕਰੀ ਲੱਗੋ ਫਿਰ ਇਹ ਦੇਖੋ ਤੁਸੀਂ ਕਰੋਗੇ Y383 ਤੁਹਾਡੇ ਵੀਰ ਦਾ ਕੋਡ ਹੈ ਇਹ ਇਹ ਤੁਹਾਨੂੰ ਸਿਰਫ 4001 ਰੁਪਏ ਚ ਪੈ ਗਿਆ ਕਿੰਨੇ ਚ ਪੈ ਗਿਆ 4001 ਚ ਪੈ ਗਿਆ 17400 ਦਾ ਸੀ ਕੋਡ ਲਾਣਾ Y383 ਏ ਦੇਖੋ 24 ਮਹੀਨੇ ਦੀ ਵੈਲਿਡਿਟੀ ਹੈ ਜਿੰਨੇ ਵੀ ਪੇਪਰ ਟੈਸਟ ਸੀਰੀਜ਼ ਈ ਬੁੱਕ ਸਭ ਕੁਝ ਇਹਦੇ ਅੰਦਰ ਇਨਕਲੂਡ ਹੋ ਜਾਊਗਾ ਠੀਕ ਹੈ ਜੀ ਐਗਜ਼ਾਮ ਹੋਗਾ ਇਹ ਦਸੰਬਰ ਚ ਹੋਗਾ ਨਵੰਬਰ ਤਾਂ ਹੋ ਨਹੀਂ ਸਕਦਾ ਠੀਕ ਹੈ ਕਾਸ਼ ਤੇ ਡੋਮਿਸਾਈਲ ਵੈਨ ਮੰਨ ਲਹਣੀ ਹੋਤੇ ਉੱਤੇ ਲਿਖਿਆ ਹੁੰਦਾ ਵੀ ਕਦੋਂ ਤੱਕ ਵੈਲਿਡ ਹੋਗਾ ਇਹ ਧਿਆਨ ਦਿਓ ਠੀਕ ਹੈ ਜੀ ਬਾਕੀ ਤੁਹਾਡੇ ਮੂਰੇ ਦੇਤਾ ਮੈਂ ਮਹਾ ਪੈਕ ਹੈ 4001 ਰੁਪਏ ਦਾ ਵਾਏ 383 ਕੋਡ ਲਾ ਕੇ ਤੁਹਾਨੂੰ 78% ਦਾ ਆਫ ਮਿਲਦਾ ਸਿਰਫ ਇਸੇ ਕੋਡ ਤੋਂ ਮਿਲਦਾ ਬਾਕੀ ਦੇ ਨਹੀਂ ਮਿਲਦਾ ਇਹਨਾਂ ਆਫ ਠੀਕ ਹੈ ਜੀ ਚਲੋ ਬਾਕੀ ਕੋਈ ਡਾਊਟ ਹੋਇਆ ਕਿਸੇ ਨੂੰ ਕਮੈਂਟਾਂ ਚ ਕਰ ਦਿਓ ਆਪਾਂ ਟੀਮ ਨੂੰ ਕਹਿ ਕੇ ਉੱਥੇ ਤੁਹਾਨੂੰ ਰਿਪਲਾਈ ਕਰਵਾ ਦਾਂਗੇ ਧਿਆਨ ਰੱਖੋ ਸਾਰੇ ਸਤਿ ਸ਼੍ਰੀ ਅਕਾਲ 8 ਵਜੇ ਮਿਲਦੇ ਆ ਸਵੇਰੇ ਕਰੰਟ ਅਫੇਅਰ ਦੀ ਕਲਾਸ ਚ ਟਾਪ 500 ਕੁਐਸਚਨ ਕਰ ਰਹੇ ਪੀਐਸ ਪੀਸੀਆਰ ਪੀ ਟ੍ਰਿਪਲ ਐਸਬੀ ਐਸਆਈ ਕਨਸਟੇਬਲ ਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧਿਆਨ ਰੱਖੋ ਸਾਰੇ ਫਟੇ ਚੱਕਦੇ ਰਹੋ ਜੈ ਹਿੰਦ ਜੈ ਭਾਰਤ